ਪੰਜਾਬ ਦੇ ਵਿੱਚ ਬਿਨਾਂ ਲਾਇਸੈਂਸ ਤੋਂ ਕਈ ਇਮੀਗ੍ਰੇਸ਼ਨ ਆਈਲੈਟਸ ਸੈਂਟਰ ਵਾਲੇ ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ ਵਿਦੇਸ਼ਾਂ ਦੇ ਵੱਡੇ ਵੱਡੇ ਖੁਆਬ ਦਿਖਾ ਕੇ ਵਿਦੇਸ਼ਾਂ ਦੇ ਵਿੱਚ ਭੇਜਣ ਦੇ ਨਾਮ ਤੇ ਉਹਨਾਂ ਦੇ ਨਾਲ ਲੱਖਾਂ ਦੀ ਠੱਗੀ ਕਰ ਰਹੇ ਨੇ, ਜਿਸ ਤੇ ਪੰਜਾਬ ਪੁਲਿਸ ਨੇ ਸ਼ਿਕੰਜਾ ਕਸਣਾ ਸ਼ੁਰੂ ਕਰ ਦਿੱਤਾ। ਪੰਜਾਬ ਦੇ ਜ਼ਿਲ੍ਹਾ ਜਲੰਧਰ ਤੋਂ ਬਾਅਦ ਹੁਣ ਜ਼ਿਲ੍ਹਾ ਫਿਰੋਜ਼ਪੁਰ ਦੀ ਪੁਲਿਸ ਨੇ ਬਿਨਾਂ ਲਾਇਸੈਂਸ ਦੇ ਚੱਲ ਰਹੇ 15 ਇਮੀਗ੍ਰੇਸ਼ਨ ਆਈਲੈਟਸ ਸੈਂਟਰਾਂ ਤੇ ਕਾਰਵਾਈ ਕੀਤੀ ਹੈ। ਇਹ ਕਾਰਵਾਈ ਕਰਦਿਆਂ ਉਹਨਾਂ ਦੇ ਖਿਲਾਫ ਮਾਮਲਾ ਦਰਜ ਕਰਕੇ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਆਈਲੈਟਸ ਸੈਂਟਰ ਵਾਲੇ ਫਿਰੋਜ਼ਪੁਰ ਦੇ ਭੋਲੇ ਭਾਲੇ ਲੋਕਾਂ ਨੂੰ ਵਿਦੇਸ਼ਾਂ ਦੇ ਵੱਡੇ ਵੱਡੇ ਸੱਪੜੇ ਦਿਖਾ ਕੇ ਉਹਨਾਂ ਤੋਂ ਹਜ਼ਾਰਾਂ ਲੱਖਾਂ ਦੀ ਠੱਗੀ ਮਾਰ ਰਹੇ ਸੀ, ਤਾਂ ਜਿਸ ਦੇ ਬਾਰੇ ਪੁਲਿਸ ਨੂੰ ਸੂਚਨਾ ਮਿਲਣ ਤੋਂ ਬਾਅਦ ਉਹਨਾਂ ਦੇ ਵੱਲੋਂ ਇੱਥੇ ਆ ਕੇ 15 ਦੇ ਕਰੀਬ ਆਈਲੈਟਸ ਸੈਂਟਰਾਂ ਤੇ ਛਾਪੇਮਾਰੀ ਕੀਤੀ ਗਈ ਤੇ ਮਾਮਲਾ ਦਰਜ ਕੀਤਾ ਗਿਆ। ਸਰ, ਨਜਾਇਜ਼ ਟਰੈਵਲ ਏਜੰਟਾਂ ਦੇ ਖਿਲਾਫ ਕੀ ਕਾਰਵਾਈ ਕੀਤੀ ਗਈ? ਫਿਰੋਜ਼ਪੁਰ ਪੁਲਿਸ ਵੱਲੋਂ 16 ਮਾਰਚ ਨੂੰ 102/23 ਮੁਕੱਦਮਾ ਦਰਜ ਕੀਤਾ ਗਿਆ ਸਿਟੀ ਥਾਣੇ 'ਚ, ਅੰਡਰ ਸੈਕਸ਼ਨ 420(13) ਪੰਜਾਬ ਟਰੈਵਲ ਪ੍ਰੋਫੈਸ਼ਨਲ ਸਰਵਿਸਿਸ ਐਕਟ। ਇਸ ਦੇ ਤਹਿਤ ਟੋਟਲ 15 ਇਮੀਗ੍ਰੇਸ਼ਨ ਸੈਂਟਰ, ਵੀਜ਼ਾ ਸੈਂਟਰ, ਆਈਲੈਟ ਸੈਂਟਰ ਜੋ ਵਿਦਾਊਟ ਲਾਇਸੈਂਸ, ਬਿਨਾਂ ਲਾਇਸੈਂਸ ਤੋਂ ਚੱਲ ਰਹੇ ਸੀ, ਉਸਦੇ ਖਿਲਾਫ਼ ਪਰਚਾ ਕੀਤਾ ਗਿਆ। 3 ਲੋਕੋ ਦੀ ਗ੍ਰਿਫਤਾਰੀ ਹੈਗੀ ਅਤੇ ਉਹਦਾ ਰਿਮਾਂਡ ਲਿੱਤਾ ਗਿਆ ਅਤੇ ਅੱਗੇ ਪੁੱਛਗਿੱਛ ਕੀਤੀ ਜਾ ਰਹੀ ਹੈ। ਸਰ, ਇਹ ਲੋਕਾਂ ਨੂੰ ਧੋਖਾਧੜੀ ਕਰਨ ਦਾ ਤਰੀਕਾ ਕੀ ਸੀ ਇਹਨਾਂ ਨੂੰ? ਇਹ ਤਰੀਕਾ ਜਿਹੜਾ ਮੋਡਸ ਓਪਰੈਂਡਾ ਹੈ ਉਹ ਇਹ ਹੁੰਦਾ ਹੈ ਕਿ ਇਹ ਭੋਲੇ ਭਾਲੇ ਲੋਕਾਂ ਨੂੰ ਬੇਵਕੂਫ ਬਣਾਉਂਦੇ। ਜਿਹੜਾ ਫੇਸਬੁੱਕ ਹੋਇਆ, ਇੰਸਟਾਗ੍ਰਾਮ ਹੋਇਆ, ਯੂਟਿਊਬ ਹੋਇਆ, ਉੱਥੇ ਇਹ ਲੁਭਾਵਨੇ ਐਡ ਦਿੰਦੇ। ਐਡ ਤੋਂ ਲੋਕ ਅਟਰੈਕਟ ਹੋ ਕੇ ਜਦੋਂ ਕਿਸੇ ਨੇ ਫੋਨ ਕੀਤਾ ਅਤੇ ਇਹ ਕਾਲ ਸੈਂਟਰ ਉਹਨੇ ਬਣਾਇਆ ਹੁੰਦਾ ਹੈ, ਜਦੋਂ ਕਿਸੇ ਨੇ ਇੱਕ ਵਾਰ ਫੋਨ ਕੀਤਾ ਇਹ ਉਹਨੂੰ ਵਾਰ ਵਾਰ ਫੋਨ ਕਹਿੰਦੇ ਅਤੇ ਉਹਨੂੰ ਆਪਣੇ ਝਾਸੇ ਲਾਉਂਦੇ ਆ। ਜਿਵੇਂ ਦੇਖਦੇ ਹਾਂ ਕਿ ਜੋ ਬੰਦਾ 5,000 ਦੇ ਸਕਦਾ ਹੈ ਉਸ ਤੋਂ 5,000 ਦੀ ਮਾਂਗ ਕਰਦੇ, ਜੋ 10,000 ਦੇ ਸਕਦਾ 10,000 ਦੀ, ਜੋ 50,000 ਦੇ ਸਕਦਾ 50,000 ਦੀ। ਇਹ ਇਹਦਾ ਮੋਡਸ ਓਪਰੈਂਡਾ ਹੀ ਹੁੰਦਾ ਹੈ, ਇਹ ਗ੍ਰਿਡ ਤਰੀਕੇ ਨਾਲ ਪੈਸਾ ਦੀ ਡਿਮਾਂਡ ਕਰਦਾ ਹੈ। ਹੁਣ ਤੱਕ ਸਰ ਕਿੰਨੇ ਲੋਕਾਂ ਦੀ ਗ੍ਰਿਫਤਾਰੀ ਹੋ ਚੁੱਕੀ? ਹੁਣ ਤੱਕ 3 ਲੋਕ ਗ੍ਰਿਫਤਾਰੀ ਹੋ ਚੁੱਕੀ ਅਤੇ ਉਸਦਾ ਰਿਮਾਂਡ ਵੀ ਲਿੱਤਾ ਗਿਆ ਅਤੇ ਆਪਾਂ ਪੁੱਛਗਿੱਛ ਕਰ ਰਹੇ ਹਾਂ। ਤੀਸਰਾ ਵਿਸ਼ਾ ਹੈ ਕਿ ਹੋਰ ਕਿੰਨੇ ਲੋਕਾਂ ਨੂੰ ਇਹਨੇ ਬੇਕਾਬੂ ਬਣਾਇਆ ਹੈ ਅਤੇ ਲੋਕ। ਫਿਰੋਜ਼ਪੁਰ ਤੋਂ ਸਨੀ ਚੋਪੜਾ, ਸਕਰੋਲ ਪੰਜਾਬ। ਪੰਜਾਬ ਦੇ ਵਿੱਚ ਬਿਨਾਂ ਲਾਇਸੈਂਸ ਤੋਂ ਕਈ ਇਮੀਗ੍ਰੇਸ਼ਨ ਆਈਲੈਟਸ ਸੈਂਟਰ ਵਾਲੇ ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ ਵਿਦੇਸ਼ਾਂ ਦੇ ਵੱਡੇ ਵੱਡੇ ਖੁਆਬ ਦਿਖਾ ਕੇ ਵਿਦੇਸ਼ਾਂ ਦੇ ਵਿੱਚ ਭੇਜਣ ਦੇ ਨਾਮ ਤੇ ਉਹਨਾਂ ਦੇ ਨਾਲ ਲੱਖਾਂ ਦੀ ਠੱਗੀ ਕਰ ਰਹੇ ਨੇ, ਜਿਸ ਤੇ ਪੰਜਾਬ ਪੁਲਿਸ ਨੇ ਸ਼ਿਕੰਜਾ ਕਸਣਾ ਸ਼ੁਰੂ ਕਰ ਦਿੱਤਾ। ਪੰਜਾਬ ਦੇ ਜ਼ਿਲ੍ਹਾ ਜਲੰਧਰ ਤੋਂ ਬਾਅਦ ਹੁਣ ਜ਼ਿਲ੍ਹਾ ਫਿਰੋਜ਼ਪੁਰ ਦੀ ਪੁਲਿਸ ਨੇ ਬਿਨਾਂ ਲਾਇਸੈਂਸ ਦੇ ਚੱਲ ਰਹੇ 15 ਇਮੀਗ੍ਰੇਸ਼ਨ ਆਈਲੈਟਸ ਸੈਂਟਰਾਂ ਤੇ ਕਾਰਵਾਈ ਕੀਤੀ ਹੈ। ਇਹ ਕਾਰਵਾਈ ਕਰਦਿਆਂ ਉਹਨਾਂ ਦੇ ਖਿਲਾਫ਼ ਮਾਮਲਾ ਦਰਜ ਕਰਕੇ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਆਈਲੈਟਸ ਸੈਂਟਰ ਵਾਲੇ ਫਿਰੋਜ਼ਪੁਰ ਦੇ ਭੋਲੇ ਭਾਲੇ ਲੋਕਾਂ ਨੂੰ ਵਿਦੇਸ਼ਾਂ ਦੇ ਵੱਡੇ ਵੱਡੇ ਸੱਪੜੇ ਦਿਖਾ ਕੇ ਉਹਨਾਂ ਤੋਂ ਹਜ਼ਾਰਾਂ ਲੱਖਾਂ ਦੀ ਠੱਗੀ ਮਾਰ ਰਹੇ ਸੀ, ਤਾਂ ਜਿਸ ਦੇ ਬਾਰੇ ਪੁਲਿਸ ਨੂੰ ਸੂਚਨਾ ਮਿਲਣ ਤੋਂ ਬਾਅਦ ਉਹਨਾਂ ਦੇ ਵੱਲੋਂ ਇੱਥੇ ਆ ਕੇ 15 ਦੇ ਕਰੀਬ ਆਈਲੈਟਸ ਸੈਂਟਰਾਂ ਤੇ ਛਾਪੇਮਾਰੀ ਕੀਤੀ ਗਈ ਤੇ ਮਾਮਲਾ ਦਰਜ ਕੀਤਾ ਗਿਆ। ਸਰ, ਨਜਾਇਜ਼ ਟਰੈਵਲ ਏਜੰਟਾਂ ਦੇ ਖਿਲਾਫ਼ ਕੀ ਕਾਰਵਾਈ ਕੀਤੀ ਗਈ? ਫਿਰੋਜ਼ਪੁਰ ਪੁਲਿਸ ਵੱਲੋਂ 16 ਮਾਰਚ ਨੂੰ 102/23 ਮੁਕੱਦਮਾ ਦਰਜ ਕੀਤਾ ਗਿਆ ਸਿਟੀ ਥਾਣੇ 'ਚ, ਅੰਡਰ ਸੈਕਸ਼ਨ 420(13) ਪੰਜਾਬ ਟਰੈਵਲ ਪ੍ਰੋਫੈਸ਼ਨਲ ਸਰਵਿਸ ਐਕਟ। ਇਸ ਦੇ ਤਹਿਤ ਟੋਟਲ 15 ਇਮੀਗ੍ਰੇਸ਼ਨ ਸੈਂਟਰ, ਵੀਜ਼ਾ ਸੈਂਟਰ, ਆਈਲੈਟ ਸੈਂਟਰ ਜੋ ਵਿਦਾਊਟ ਲਾਇਸੈਂਸ, ਬਿਨਾਂ ਲਾਇਸੈਂਸ ਤੋਂ ਚੱਲ ਰਹੇ ਸੀ, ਉਸਦੇ ਖਿਲਾਫ਼ ਪਰਚਾ ਕੀਤਾ ਗਿਆ। 3 ਲੋਕੋ ਦੀ ਗ੍ਰਿਫਤਾਰੀ ਹੈਗੀ ਅਤੇ ਉਹਦਾ ਰਿਮਾਂਡ ਲਿੱਤਾ ਗਿਆ ਅਤੇ ਅੱਗੇ ਪੁੱਛਗਿੱਛ ਕੀਤੀ ਜਾ ਰਹੀ ਹੈ। ਸਰ, ਇਹ ਲੋਕਾਂ ਨੂੰ ਧੋਖਾਧੜੀ ਕਰਨ ਦਾ ਤਰੀਕਾ ਕੀ ਸੀ ਇਹਨਾਂ ਨੂੰ? ਇਹ ਤਰੀਕਾ ਜਿਹੜਾ ਮੋਡਸ ਓਪਰੈਂਡਾ ਹੈ ਉਹ ਇਹ ਹੁੰਦਾ ਹੈ ਕਿ ਇਹ ਭੋਲੇ ਭਾਲੇ ਲੋਕਾਂ ਨੂੰ ਬੇਵਕੂਫ ਬਣਾਉਂਦੇ। ਜਿਹੜਾ ਫੇਸਬੁੱਕ ਹੋਇਆ, ਇੰਸਟਾਗ੍ਰਾਮ ਹੋਇਆ, ਯੂਟਿਊਬ ਹੋਇਆ, ਉੱਥੇ ਇਹ ਲੁਭਾਵਨੇ ਐਡ ਦਿੰਦੇ। ਐਡ ਤੋਂ ਲੋਕ ਅਟਰੈਕਟ ਹੋ ਕੇ ਜਦੋਂ ਕਿਸੇ ਨੇ ਫੋਨ ਕੀਤਾ ਅਤੇ ਇਹ ਕਾਲ ਸੈਂਟਰ ਉਹਨੇ ਬਣਾਇਆ ਹੁੰਦਾ ਹੈ, ਜਦੋਂ ਕਿਸੇ ਨੇ ਇੱਕ ਵਾਰ ਫੋਨ ਕੀਤਾ ਇਹ ਉਹਨੂੰ ਵਾਰ ਵਾਰ ਫੋਨ ਕਹਿੰਦੇ ਅਤੇ ਉਹਨੂੰ ਆਪਣੇ ਝਾਸੇ ਲਾਉਂਦੇ ਆ। ਜਿਵੇਂ ਦੇਖਦੇ ਹਾਂ ਕਿ ਜੋ ਬੰਦਾ 5,000 ਦੇ ਸਕਦਾ ਉਸ ਤੋਂ 5,000 ਦੀ ਮਾਂਗ ਕਰਦੇ, ਜੋ 10,000 ਦੇ ਸਕਦਾ 10,000 ਦੀ, ਜੋ 50,000 ਦੇ ਸਕਦਾ 50,000 ਦੀ। ਇਹ ਇਹਦਾ ਮੋਡਸ ਓਪਰੈਂਡਾ ਹੀ ਹੁੰਦਾ ਹੈ, ਇਹ ਗ੍ਰਿਡ ਤਰੀਕੇ ਨਾਲ ਪੈਸਾ ਦੀ ਡਿਮਾਂਡ ਕਰਦਾ ਹੈ। ਹੁਣ ਤੱਕ ਸਰ ਕਿੰਨੇ ਲੋਕਾਂ ਦੀ ਗ੍ਰਿਫਤਾਰੀ ਹੋ ਚੁੱਕੀ? ਹੁਣ ਤੱਕ 3 ਲੋਕ ਗ੍ਰਿਫਤਾਰੀ ਹੋ ਚੁੱਕੀ ਹੈ ਅਤੇ ਉਸਦਾ ਰਿਮਾਂਡ ਵੀ ਲਿੱਤਾ ਗਿਆ ਅਤੇ ਆਪਾਂ ਪੁੱਛਗਿੱਛ ਕਰ ਰਹੇ ਹਾਂ। ਤੀਸਰਾ ਵਿਸ਼ਾ ਹੈ ਕਿ ਹੋਰ ਕਿੰਨੇ ਲੋਕਾਂ ਨੂੰ ਇਹਨੇ ਬੇਵਕੂਫ ਬਣਾਇਆ ਹੈ ਅਤੇ ਲੋਕ। ਫਿਰੋਜ਼ਪੁਰ ਤੋਂ ਸਨੀ ਚੋਪੜਾ, ਸਕਰੋਲ ਪੰਜਾਬ।